क्या हो गया? बंद कैसे कर रहे? अच्छा ही भर ला बोतल, भर ला छेती ओके, फिर चल पे, फिर चल पे। ਅਸੀਂ ਕਾਰਵਾਈ ਜੀ ਸਾਰਿਆਂ ਨੂੰ। ਲਓ ਜੀ ਬਾਈ, ਅੱਜ ਆ ਗਏ ਮੰਡ 'ਚ ਅਤੇ ਕੱਲ੍ਹ ਮੋਟਰਾਂ ਛੱਡੀ ਦੀਆਂ ਇੱਥੇ, ਅਤੇ ਕੱਲ੍ਹ ਵੀ 5 ਘੰਟੇ ਲੈਟ ਆਈ ਆ। ਅੱਜ ਵੀ ਮੈਂ ਕਿਹਾ ਚਲੋ ਵੀ ਗਹਿਣ ਕਰ ਦਿੰਦੇ ਹਾਂ, ਪਰ ਅੱਜ ਵੀ ਬਸ 5 ਘੰਟੇ ਅੱਗੇ ਭੱਜ ਗਈ, ਰਹਿ ਗਿਆ 10 ਵਜੇ ਆ ਕੇ ਗਿਆ ਤਾਂ ਮੈਂ ਚੱਲ ਜਦ ਨੂੰ ਭਰ ਜਾਣਾ, ਅਤੇ ਫਿਰ ਰਹਿ ਗਿਆ ਇੱਥੇ ਆਏ। ਦੇਖੋ ਬਾਈ ਉਹ ਖੜਦਾ, ਸੜਕ ਬਣਾਉਣੀ ਆ, ਆਹ ਬਾਜਰੀ ਵਾਲੇ ਟਿੱਪਰ ਆ ਬਾਈ, ਦੇਖੋ ਆ ਕਿਹਨੇ ਕਿਹਨੇ। ਰੁਕੋ ਰੁਕੋ ਰੁਕੋ, ਚੈੱਕ ਕਰਾਓ ਕਿੱਥੇ ਭਰ ਕੇ ਲਏ ਭਰਤ ਕੱਢਦੇ। ਉਹ ਰੋਡ ਬਣਦਾ ਲੱਗਦਾ ਉੱਥੇ ਜਿਹੜਾ ਬਣਦਾ, ਆ ਬਾਈ ਆ ਬਣ ਗਿਆ ਆਪਣਾ ਬੰਨ ਪੱਕਾ। ਅੱਛਾ ਉੱਪਰ ਬਣ ਗਿਆ, ਲੁੱਕ ਪੈ ਰਹੀ ਇਹਨੂੰ, ਤਾਂ ਹੀ ਉੱਥੇ ਤੇ ਫਿਰ ਉੱਥੇ ਜਾ ਰਹੇ ਇਹ ਟਰੱਕ। ਬਾਈ ਗਾਹਣ ਦਾ ਅੱਜ ਹੋਣਾ ਨੀ ਉਹਦੇ, ਕੱਲ ਮੋਟਰ ਗੱਡੀਆਂ ਦੇ ਦੋ, ਗਾਹਣ ਨੀ ਆਉਣਾ, ਹੱਥੇ ਖੇਡਣ ਤਗੜਾ ਹੀ ਸਮਾਨ ਬਣਾਇਆ ਵਾ। ਭਾਰੀ ਬਹੁਤ ਹੈ, ਮੁੜਦਾ ਕੱਢ ਦੇ ਹੈਗਾ ਬੰਦੇ, ਬਾਈ ਦਿਮਾਗ ਲਾ ਬਣਾ ਬੜਾ, ਆਹ ਪਿੱਛੇ ਟਰਾਲਾ ਵੀ ਥੱਲੇ ਆਉਣਾ, 24 ਟਰਾ 855 ਟੱਕਲ ਦੇਖੋ ਜੀ ਇਹਦਾ 855 ਅਰਜਨ, ਇਸੇ ਬਹੁਤ ਦਮ ਹੈ। ਅੱਛਾ ਦੇਖੋ ਦਿਮਾਗ ਲਾਇਆ ਵਾ ਬੰਦੇ ਨੇ, ਪੇਪਰ ਦਾ ਹੋ ਕਰਕੇ ਬਣਾ ਦੇ, ਚਲੋ ਭਾਈ ਪੇਪਰ ਦਾ ਉੱਪਰ ਲਾ ਕੇ, ਚਲੋ ਭਾਈ ਉਹ ਟੰਕ ਬਾਈ। ਕੱਲ੍ਹ ਮੋਟਰ ਚੱਲੀ, ਕੱਲ੍ਹ ਉਹ ਪਿਆਰਾ ਅਤੇ ਇਹ ਇੱਦਾਂ ਹੋਇਆ ਹੋਇਆ, ਅਤੇ ਮੈਂ ਕਿਹਾ ਚੱਲ ਕੋਈ ਨਾ ਕੱਲ੍ਹ ਨੂੰ ਕਰ ਦੂੰਗਾ, ਕੱਲ੍ਹ ਨੂੰ ਇਕੱਠੇ ਹੀ ਖੇਡਦਾ ਕਰ ਦੂੰਗਾ। ਅਤੇ ਅੱਜ ਆਏ ਸਵੇਰੇ ਮੈਂ ਗੇੜਾ ਮਾਰ ਕੇ ਗਿਆ, ਉਸ ਟਾਈਮ ਇਹਨਾਂ ਨੂੰ ਛੱਡਿਆ ਹੋਇਆ ਤਾਂ ਦੋਹਾਂ ਨੂੰ, ਕਹਿੰਦਾ ਲਾਈਟ ਮੇਲ ਵੀ ਭੱਜ ਲਈ ਇੱਕ ਵਾਰ, ਮੁੜ ਕੇ ਆ ਮੈਂ ਕਿਹਾ ਚੱਲ ਕੋਈ ਨਹੀਂ ਜਦ ਨੂੰ ਆਉਂਗੇ, ਮੈਂ 9 ਵਜੇ ਆਇਆ ਤਾਂ 9:30 ਵਜੇ ਮੈਂ ਚਲੋ ਜਦ ਨੂੰ ਅਸੀਂ 11-12 ਵਜੇ ਆਉਂਗੇ ਉਹ ਖੇਤ ਭਰ ਦੂੰਗੇ ਸਾਰਿਆਂ, ਕਹਾਣ ਹੋਜੂਗਾ 12 ਵਜੇ ਲਾਈਟ ਭੱਜਣੀ ਹੈ। ਮੁੜ ਕੇ ਜਦੋਂ ਮੈਂ ਗਿਆ ਮੇਰੇ ਹੁੰਦੇ ਹੀ ਭੱਜ ਗਈ ਤੀ ਲਾਈਟ, ਹੁਣ ਆਈ ਤੀ 15 ਮਿੰਟ ਉੱਕਣੇ ਆ, ਫਿਰ ਰਹਿ ਗਿਆ ਹੁਣ ਇਹ ਕੱਲ੍ਹ ਭਰ ਚਲੇ ਗਿਆ। ਚਲੋ ਅਸੀਂ ਲਿਫਾਫਾ ਲਾਉਂਦੇ ਹਾਂ, ਇੱਧਰ ਇੰਜਨ ਚੱਲਦਾ ਉਹ ਦੇਖੋ, ਇੰਜਨ ਦਾ ਪਾਣੀ ਪਹਿਲਾਂ ਇੱਥੇ ਵੀ ਇੰਜਨ ਦਾ, ਇਹ ਮੋਜ ਆ ਇੰਜਨ ਦੀ, ਲਵਾਈ ਲਵਾਈ ਮੋਜ ਆਪਣਾ ਹੈਂਡਲ ਮਾਰ ਕੇ ਦਿਨ ਰਾਤ ਜਿੰਨਾ ਇੱਥੇ ਰਹਿੰਦਾ
ਬੰਨ ਪਰ ਕਿੱਥੇ ਜਿੰਨਾ ਬੰਨ ਭਰਿਆ ਜਿੰਨੇ ਜਾਮਣਾ ਤੋੜਦੇ ਇੱਥੇ ਜਾਮਣ ਐਤਕੀ ਲੱਗੇ ਜਿੰਨੇ ਹਨਾ ਕੱਚੀਆਂ ਖਾ ਲੈ ਅੱਛਾ ਤੇ ਬਾਈ ਲਾਈਟ ਬਹੁਤ ਘੱਟ ਆ ਰਹੀ ਹੈ ਬਾਕੀ ਮੌਸਮ ਬੱਦਲ ਜ਼ਿਆਦਾ ਹੋਇਆ ਹੋਇਆ ਖੇਤ ਥੋੜਾ ਨੀਵਾ ਇਹ ਚ ਪਾਣੀ ਵਾਧੂ ਖੜਦਾ ਤੇ ਹੁਣ ਬਈ ਉਹ ਬਟਨ ਮਿੱਟੀ ਉਹ ਲਾਉਣਾ ਲਿਫਾਫਾ ਕਿੰਨਾ ਕਰਨ ਲੱਗਾ ਸਪਰੇ ਬਟਨ ਆ ਗਏ ਬਾਈ ਤੇ ਦੇਖੀਏ ਉੱਧਰ ਅੰਬ ਵਾਲੀ ਮੋਟਰ ਦੇ ਜੀ ਜੀ ਲਾ ਰਹੇ ਬੰਦੇ ਅੱਜ ਬੰਦੇ ਥੋੜ੍ਹੇ ਢਿੱਲੇ ਹੋ ਗਏ 12 ਬੰਦੇ ਤੇ ਆਪਣੀ ਮੋਟਰ ਵਾਲੇ ਆਪਸ ਵਿੱਚ ਲੜੀ ਜਾਂਦੇ ਆ ਉਹ 6-6 ਕਰੇ ਤੱਕ ਕੱਲ੍ਹ ਦੂਏ ਬੰਦੇ ਬੈਠੇ ਗਏ 6 ਜਿਹੜੇ ਅੱਜ ਅੰਬਾਂ ਨੂੰ ਲਾਏ ਵੇ ਅੰਬ ਵਾਲੀ ਮੋਟਰ 'ਤੇ ਫਿਰ ਮੈਂ ਉਹਨਾਂ ਨੂੰ ਲਿਆ ਮੈਂ ਤੁਸੀਂ ਅਲੱਗ ਲਾ ਦਿਓ ਕੁਛ ਬਿਮਾਰ ਹੋ ਗਏ ਉਹਨਾਂ ਨੂੰ ਪਹਿਲਾਂ ਦਵਾਈ ਦਵੂਈ ਦਵਾਈ ਗਰਮੀ ਵੀ ਬਹੁਤ ਹੈ ਬਾਈ ਤਾਂ ਦਵਾਈ ਦਵਾ ਕੇ ਅੱਜ ਲੱਗੇ ਹੋਏ ਆ ਅਤੇ ਕੱਲ੍ਹ ਤੱਕ ਸ਼ਾਇਦ ਉੱਥੇ ਵੀ ਅੰਬਾੜੀ ਮੋਟਰ 'ਤੇ ਵੀ ਉਹ ਲਾਏ ਦਊਂਗੇ ਬਾਕੀ ਫਿਰ ਇੱਧਰ ਵਾਲਾ ਰਹਿ ਗਿਆ ਇਹ ਇੱਕ ਪਾਲੇ ਇਹਦਾ ਇਕੱਠੇ ਹੀ 5 ਕਿੱਲੇ ਗਾਹਣ ਕਰਕੇ ਫਿਰ ਸਾਰਾ ਇਕੱਠੇ ਹੁੰਦਾ ਵੈਸੇ ਤਾਂ ਉਹਨਾਂ ਦੀ ਮੋਟਰ ਵੀ ਪੁੱਛੀ ਹੋਈ ਆ ਉਹ ਵੀ ਥੋੜ੍ਹੀ ਦੇਰ ਚੱਲੀ 15 ਕੁ ਮਿੰਟ ਮੈਂ ਕਰਕੇ ਗਿਆ ਤਾਂ ਜਦੇ ਲਾਈਟ ਭੱਜ ਗਈ ਬਸ ਉਹਨੇ ਉੱਨਾ ਕੁ ਪਾਣੀ ਪਾਇਆ ਹੁਣ ਜਾਇਆ ਉਹ ਕਹਿੰਦਾ ਕੋਈ ਨਹੀਂ ਉਹ ਪਹਿਲਾਂ ਪਾਣੀ ਪਾਉਂਦਾ ਹੁੰਦਾ ਉੱਧਰ ਕਹਿੰਦਾ ਮੇਰੀ ਮੋਟਰ 'ਚ ਲਾ ਲਓ ਜੇ ਉਹ ਕਰਨਾ ਜਦੋਂ ਇਹਨਾਂ ਨੇ ਲਾਈ ਤੀ ਤਾਂ ਆਪਣੀ ਲਾ ਚਲਾ ਲਈ ਤੀ ਅਤੇ ਇਹਨਾਂ ਨੇ ਵੀ ਆਪਣੀ ਮੋਟਰ ਲਏ ਅਤੇ ਪੈਪ ਚਲੋ ਮੈਂ ਕਿਹਾ ਕੋਈ ਗੱਲ ਨਹੀਂ ਕਿਉਂ ਅਸੀਂ ਵੀ ਬਾਈ ਦੇਖਦੇ ਰਹਿੰਦੇ ਤੇ ਜਾਂ ਸਾਡੇ ਕੋਲ ਇੰਜਣ ਦਾ ਵੀ ਕਿਸੇ ਦੀ ਇਹਨਾਂ ਦੀ ਮੋਟਰ ਹੁੰਦੀ ਸੀ ਵੀ ਮੋਟਰ ਮਿਲ ਜਾਵੇ ਇੱਕ ਉਹ ਮੋਟਰ ਦੀ ਵੀ ਮੋਟਰ ਮਿਲ ਜਾਵੇ ਪੈਪ ਵੀ ਫਟਾਫਟ ਇੰਜਣ ਦੇ ਨਾਲ ਕਰਕੇ ਗਾਹਣ ਫਿਰ ਤਾਂ ਇੰਜਣ ਪਾਲੀ ਜਾਂਦਾ ਹੈ ਇੱਕ ਵਾਰ ਸਿਰਫ ਗਾਹਣ ਕਰਨ ਦਾ ਚੱਕਰ ਹੁੰਦਾ ਹੈ ਅਤੇ ਦਿਨ ਰਾਤ ਇੰਜਣ ਚੱਲਦਾ ਹੁੰਦਾ ਤਾਂ ਚਲੋ ਬਾਈ ਆਹ ਬਟਨ ਅਤੇ ਉਹ ਕਹਿੰਦੇ ਇੱਕ ਸਾਡੀ ਚਰੀ ਵਾਲੀ ਬਟਨ ਬੜੀ ਜੀ ਲਿਫਾਫਾ ਲਾ ਦਿਓ ਮੈਂ ਚਲੋ ਲਾ ਦਿੰਦਾ ਕਿਉਂ ਪਾਣੀ ਪਾਣੀ ਸਿੰਮੀ ਜਾਂਦਾ ਫਿਰ ਖਰਾਬ ਹੋ ਉਹ ਆ ਜਾਓ ਜਸ਼ਨ ਕਿੰਨੇ ਸਪਰੇ ਕਰ ਲਾ ਟਰੈਕਟਰ ਦਾ ਤਾਂ ਵੈਸੇ ਹੀ ਕਿਹੜਾ ਬੱਚਾ ਵੈਸੇ ਥੋੜ੍ਹਾ ਜੇ ਚੱਲ ਜਾਂਦੀ ਨਾ ਚੱਲੀ ਉਹ ਹੁਣ ਜੇ ਹੋਰ 15-20 ਮਿੰਟ ਚੱਲ ਜਾਂਦੀ ਪਾਪਾ ਜੀ ਚੱਲਦੀ ਤਾਂ ਹੈਗੀ ਆ ਇਹਦੇ ਪੈਰਾਂ ਦਾ ਮੋਟਾ ਬੜੀ ਸਕੋਰ ਆ ਗਿਆ ਤਾਂ ਬਹੁਤ ਪਹਿਲਾਂ ਬੱਦਲ ਜਾਊਗਾ ਤਾਂ ਦੋ ਖੱਤਿਆਂ ਨੂੰ ਲਵਾ ਤਾ ਅਗਲੀ ਵਾਰ ਇੱਥੇ ਵੀ ਆਪਾਂ ਪਾਈਪ ਲਾਈਨ ਦਵਾ ਦੇਣੀ ਸਿੱਧੀ ਆਉਣੀ ਬਸ ਸਾਰੇ 300 ਫੁੱਟ ਏਰੀਆ ਹੋਊਗਾ ਮੇਰੇ ਹਿਸਾਬ ਨਾਲ 300 ਫੁੱਟ ਦੇ ਗੇਟ 'ਤੇ ਪਊਗੀ ਬਾਈ ਇੱਕ ਵੱਟ ਪਰਦਾ ਪੈ ਗਿਆ ਲਿਫਾਫਾ ਅਤੇ ਤਿੰਨਾਂ ਸਪਰੇ ਕਰਨ ਲੱਗਿਆ ਹੋਇਆ ਆਲੇ ਦੁਆਲੇ ਮਾਰ ਦੇ ਹੋ ਗਈ ਆਹ ਗੱਲ ਨਹੀਂ ਖਾਣ ਨੂੰ ਰੂਹ ਨੂੰ ਮਾਰ ਦੇ ਅੱਗੇ ਅੱਗੇ ਬੰਬ ਤੋਂ ਬਾਕੀ ਉੱਧਰ ਕਰ ਦਿੰਦੇ ਅਤੇ ਪਾਣੀ ਪੀਣ ਆਏ ਤਾਂ ਬਾਈ ਇੰਜਣ ਚੱਲਦਾ ਹੈ ਦੇਖੋ ਉੱਪਰੇ ਚੱਲਦੇ ਹਾਂ ਸਾਡੇ ਹਾਲੇ ਇੰਜਣ ਕੋਈ ਪੱਟੀ ਦੇ 10 ਕੁ ਫੁੱਟ ਪਾਣੀ ਦੇਖੋ ਕਿਵੇਂ ਮਾਰਦਾ ਹੈ ਇੰਜਣ ਦਾ ਇਹ ਫਾਇਦਾ ਵੀ ਬਾਈ ਚੱਲਦਾ ਰਹਿੰਦਾ ਦੇਖੋ ਹੁਣ ਇਹਨੇ ਕਹਿਣਾ ਭੱਜਣਾ ਉਹ ਹੱਥ ਵੀ ਜਾ ਰਿਹਾ
ਬਾਈ ਨੇ ਗੁੰਡੋਲਾਂ ਦਾ ਕੰਮ ਕਰਿਆ ਤਾ, ਪਰ ਜਦ ਤੇ ਹੜਦਾ ਆਇਆ ਤਾਂ ਫਿਰ ਵਿੱਚੇ ਮਰ ਮੁੜ ਕੇ ਫਿਰ ਮੁੜ ਕੇ ਛੱਡ ਗਿਆ। ਨਹੀਂ ਲਾਇਆ ਹੋਇਆ ਬਾਅਦ ਦੇ ਉੱਪਰ ਟੈਂਕੀ ਪਾਣੀ ਪੂਣੀ ਚੜਾਉਣ ਨੂੰ। ਆਹ ਕੋਈ ਹੈ ਉਹ ਪੱਖਾ ਚੱਲਦਾ। ਤਿੰਨਾਂ ਕੰਮ ਚ ਕੋਈ ਦੱਸ ਘੁੰਡ ਕੱਢ ਲੈਂਦਾ ਦੇਖ ਮੇਰੇ ਕਹਿੰਦੀ ਹੱਥ ਕਰ ਲੈਂਦਾ ਐਂ ਕਰ ਲੈਂਦਾ ਵੀ ਮੈਂ ਤਾਂ ਦੇਖ ਹੀ ਨਹੀਂ ਰਿਹਾ ਤੇਰੇ ਕਹਿੰਦੀ। ਮੈਂ ਕਿਹਾ ਚੱਲ ਉਰੇ ਇੱਕ ਪੰਪ ਲਾ ਕੇ ਉੱਧਰ ਪਰਾਂ ਪਾਣੀ ਛੱਡ ਦੇਣਾ ਆਪਾਂ ਨੇ ਦੋ ਚਾਰ ਦਿਨਾਂ ਤੱਕ ਵੀ ਉਹ ਮਾਰਦੇ ਉੱਥੇ ਗੱਬੇ ਖਾਲ ਨੂੰ ਵੀ ਉੱਧਰ ਅਤੇ ਖਾਲ 'ਚ ਕੱਖ ਜਿਹਾ ਮਾਰ ਦੂਗਾ ਜਦ ਤੱਕ ਪਾਣੀ ਪੀ ਦੇਣਾ। ਆਪ ਐਂ ਕਰਕੇ ਬੈਠ ਗਿਆ ਮੈਂ ਤਾਂ ਸੁਣਿਆ ਨਹੀਂ ਗਿਆ ਦੋ ਪੰਪ ਲਾਏ ਬਾਈ ਅਸੀਂ ਲਾਵਾ ਲਾਉਣਾ ਲਾ ਦੇਣਾ ਅਤੇ ਤੂੰ ਆਹ ਕੰਮ ਕਰਦੇ ਚਾਰ ਬੰਦਿਆਂ ਲਿਫਾਫਾ ਲਾਇਆ ਬੰਦੇ ਨਿਕੰਮੇ ਆਏ ਹੋਏ ਆ ਜਿਹੜੇ ਪੰਜ ਛੇ ਇੱਧਰ ਲੱਗੇ ਹੋਏ ਆ ਇਹ ਨਸ਼ਾ ਪੱਤਾ ਕਰਦੇ ਆ ਕੋਈ ਵੱਧ ਘਾਟ ਹੋ ਗਈ ਹੋਣੀ ਠੀਕ ਹੈ ਅਤੇ ਉਹ ਉਹਨੂੰ ਹੁਣ ਫਿਰ ਮੈਨੂੰ ਫੋਨ ਆਇਆ ਇਹਨਾਂ ਨੂੰ ਹੱਦੀ ਅਸੀਂ ਉਹ ਪਤਾ ਅਤੇ ਮੈਂ ਕਿਹਾ ਜਦੋਂ ਮੈਂ ਰਾਜੇ ਬਾਈ ਨੂੰ ਕਰਿਆ ਫੋਨ ਉਹ ਕਹਿੰਦਾ ਮੈਂ ਜਾਂਦਾ ਮੈਂ ਲੈ ਜਾ ਉਹ ਕਹਿੰਦਾ ਵੀ ਡਾਕਟਰ ਕੋਲ ਲੈ ਕੇ ਜਾਣਾ ਪੈਣਾ ਵੀ ਬਾਬਾ ਕਹਿੰਦਾ ਮੈਨੂੰ ਡਾਕਟਰ ਕੋਲ ਲੈ ਕੇ ਜਾਓ ਡਾਕਟਰ ਕੋਲ ਲੈ ਕੇ ਉਹ ਕਹਿੰਦਾ ਬਾਈ ਇਹਨੂੰ ਐਮਰਜੈਂਸੀ ਲੈ ਜਾਓ ਫਿਰ ਹੁਣ ਹਾਂ ਮੈਂ ਕਿਹਾ ਚੱਲ ਮੈਂ ਆਉਂਦਾ ਕਹਿੰਦਾ ਡਾਕਟਰ ਕਹਿੰਦਾ ਤਿੰਨ ਜਿੰਨੇ ਨੂੰ ਤਾਂ ਆਉਣਾ ਵੀ ਤੈਨੂੰ ਛੇਤੀ ਦੇ ਜਾਓ ਤੂੰ ਤਾਂ ਮੰਡ 'ਤੇ ਬਹੁਤ ਟਾਈਮ ਨਾਲ ਆਉਣਾ ਵੀ ਮੋਟਰਸਾਈਕਲ ਭਰੇ ਲੈ ਜਾਓ ਗੱਡੀ ਗੁੱਡੀ ਨਾ ਡਿੱਗੋ ਫਿਰ ਵੀ ਮੈਂ ਜਸਵੰਤ ਵੀਰ ਨੂੰ ਕਹਿ ਦਿਆ ਹੁਣ ਜਸਵੰਤ ਵੀਰ ਵੀ ਗੱਡੀ ਲੈ ਕੇ ਗਿਆ ਅਤੇ ਪਤਾ ਨਹੀਂ ਹੁਣ ਰਾਜੇ ਬਾਈ ਨੂੰ ਫੋਨ ਕਰਿਆ ਤਾਂ ਕਹਿੰਦੇ ਅਸੀਂ ਮੋਟਰਸਾਈਕਲ ਭਰੇ ਲੈ ਕੇ ਜਾ ਰਹੇ ਹਾਂ ਦੇਖਦੇ ਹਾਂ ਹੁਣ ਉੱਥੇ ਜਾ ਕੇ ਵੀ ਪਤਾ ਕਰਦਾ ਉਹਨੂੰ ਬਾਕੀ ਤਾਂ ਹੁਣ ਸਾਰੇ ਚਲੇ ਗਏ ਬੋਲਦੇ ਨਹੀਂ ਵੱਧ ਖਾ ਲੈਂਦੇ ਹੁਣ ਯਾਰ ਇੰਨਾ ਦੇਖੇ ਲਾਉਂਦੇ ਆ ਹੈਂ ਕੰਮ ਕਰਦੇ ਹੈ ਨਹੀਂ ਖਾਣੇ ਪੀਣੇ ਨਸ਼ੇ ਬੰਦੇ ਦਾ ਬਾਈ ਇਹੀ ਕੰਮ ਹੈ ਜਾਨ ਹੁੰਦੀ ਨਹੀਂ ਨਸ਼ਾ ਪੱਤਾ ਕਰ ਲੈਂਦੇ ਵੀ ਕੰਮ ਕਿਤੇ ਇੱਕ ਨਹੀਂ ਥੋੜ੍ਹਾ ਹੁੰਦੇ ਆ ਬਾਈ ਤਾਂ ਹੀ ਕਹਿੰਦੇ ਬਾਈ ਨਸ਼ਿਆਂ ਤੋਂ ਬਚੋ ਸਾਨੂੰ ਦਿਨ ਰਾਤ ਹੋ ਗਏ ਘੁੰਮਦੇ ਕਿਉਂ ਚੀਨੇ ਆ ਅੱਜ ਤਾਂ ਫਿਰ ਵੀ ਬਹੁਤ ਠੰਡਾ ਮੌਸਮ ਹੈ ਉਹ ਕਹਿ ਦਿੰਦਾ ਕੰਮੇ ਨਹੀਂ ਕਰ ਲੈਣਾ ਚੱਲ ਹੁਣ ਦੂਏ ਬੰਦੇ ਕਹਿੰਦੇ ਵੀ ਯਾਰ ਵਿਹਲਾ ਬੈਠਿਆ ਤੂੰ ਇੰਨੇ ਦਿਨ ਹੋ ਕੇ ਵੀ ਲੱਗ ਜਾਂਦੇ ਆ ਹੁਣ ਉਹਨਾਂ ਨੇ ਅਤੇ ਅੱਜ ਲੱਗਿਆ ਅੱਜ ਹੋ ਗਏ ਦੇਖ ਗਿਆ ਦੱਸ ਨਾਲੇ ਅੱਜ ਇੰਨੀ ਠੰਡੀ ਹਵਾ ਚੱਲ ਰਹੀ ਹੈ ਬਾਈ ਐਨ ਕੋਈ ਧੁੱਪ ਨਹੀਂ ਹੈਗੀ ਇੰਨੀ ਹਵਾ ਪੂਰੀ ਵਧੀਆ ਚੱਲ ਰਹੀ ਹੈ ਬੱਦਲ ਜਿਹਾ ਹੋਇਆ ਹੁਣ ਤਾਂ ਨਹੀਂ ਤਾਂ ਦੋ ਚਾਰ ਦਿਨ ਪਹਿਲਾਂ ਤਾਂ ਪੂਰੀ ਗਰਮੀ ਸੀ ਸੂਟਾਂ ਪਾ ਲਾਉਂਦੇ ਹੈ ਕਿ ਨਹੀਂ ਆਹ ਨਸ਼ੇ ਪੱਤੇ ਕਰਕੇ ਹੀ ਆ ਬਾਈ ਸੂਟਾਂ ਗਾਂਚਾ ਪਾ ਪੀਂਦੇ ਆ ਬਾਈ ਉਹ ਹਾਂ ਗਾਂਚਾ ਪਾ ਪੀਂਦੇ ਤਾਂ ਹੀ ਨਹੀਂ ਸਕਦਾ ਇੱਕ ਚਿੱਲਾ ਨਹੀਂ ਲੱਗਦਾ ਛੇ ਬੰਦੇ ਤਾਂ ਹੀ ਦੂਏ ਬੰਦੇ ਫੈਟ ਲਾਉਂਦੇ ਜੇ ਚਿੱਲਰ ਭੱਜ ਜਾਂਦੇ ਇੱਕ ਫਾਟ ਲਾਉਂਦੇ ਜਦੋਂ ਜਿਹੜਾ ਦੂਆ ਬੰਦਾ ਸਰਿੰਦਰ ਹੈ ਜਿਹੜਾ ਮੋਟਰ ਪਰ ਆ ਉਹ ਫਿਰ ਲੱਗੇ ਹੋ ਗਏ ਛੇ ਬੰਦੇ ਅਲੱਗ ਕਰਤੇ ਛੇ ਅਲੱਗ ਹੋ ਗਏ ਕਹਿੰਦੇ ਇਹ ਅੱਕਣਾ ਹੀ ਕਰਦੇ ਜਦੋਂ ਬੈਠ ਜਾਂਦੇ ਆ ਉਹਦੇ ਕੋਲ ਠੀਕ ਦੇ ਹਲੇ ਜਾਂ ਪਹਿਲਾਂ ਲਾਏ ਉਹ ਫਿਰ ਇਕੱਠਾ ਲਾ ਰੱਖਦਾ ਤਾਂ ਉਹਨੇ ਅਲੱਗ ਕਰਦੇ ਸੀ ਕਿਉਂ ਇਹ ਵੀ ਚਾਹੁੰਦੇ ਤੇ ਵੀ ਉਹ ਲਾ ਰੱਖਦਾ ਕੰਮ ਅਸੀਂ ਅਲੱਗ ਲਾਈਏ ਇਹ ਤਾਂ ਵੱਧ ਘਾਟ ਹੋ ਗਈ ਹੁਣ ਦੱਸ ਵੀ ਅਜਿਹਾ ਕੰਮ ਕਰਨ ਕਿਉਂ ਆਉਂਦੇ ਹਾਂ ਜੇ ਤੁਸੀਂ ਕਹਿੰਦੇ ਉਹਦਾ ਮੈਨੂੰ ਕਿਆ ਕਹਿੰਦੇ ਆ
ਸਰਦਾਰ ਜੀ ਅੰਬੀ ਜ਼ਿਮੀਦਾਰ ਹੈ, ਕਹਿੰਦਾ ਸਾਡੇ ਕੋਲ ਵੀ ਜ਼ਮੀਨ ਆ ਉੱਥੇ ਪੁਰਾਣਾ, ਹਮੇ ਪਤਾ ਨੁਕਸਾਨ ਨਹੀਂ ਕਰੇਗੇ ਮੈਂ ਦੱਸ। ਉਹ ਬਸ ਤਾਂ ਹੀ ਹੈ ਜਿਹੜਾ ਮਾੜਾ ਮੋਟਾ ਬਾਈ ਹੁੰਦਾ ਉਹ ਕੰਮ ਕਿਤੇ ਵੀ ਨਹੀਂ ਕਰਦਾ ਹੈਗਾ। ਇਹ ਹੈ ਕੰਮ ਤਾਂ ਬਾਈ ਕਰਨਾ ਚਾਹੀਦਾ, ਨਸ਼ੇ ਪੱਤੇ ਤੋਂ ਦੂਰ ਰਹੋ। ਕਿਉਂ ਦਿੰਦੇ? ਹਾਂਜੀ ਹਾਂਜੀ ਅੱਜ ਦਿੰਦੇ ਸਟੀਲ ਹੈ, ਸਟੀਲ ਹੱਡੀ ਪਈ ਵਿੱਚ ਇਹਨਾਂ ਦੇਖੋ ਕੈਰੀ ਹੱਡੀ ਹੈ ਤੁਹਾਨੂੰ ਇਹ ਵੀ ਬਾਈ ਤੜਨ ਲੱਗ ਗਿਆ ਹੁਣ ਥੋੜ੍ਹਾ ਜਿਹਾ। ਬਹਾਨਾ ਪਤਾ ਕਿਆ ਰਹਿੰਦਾ ਬਾਈ, ਰਾਤ ਲਾਈਟ ਨਹੀਂ ਆਈ, ਲਾਈਟ ਬਾਕੀ ਹੈ ਜੀ ਰਾਤ ਲੈ। ਮੈਂ ਵੀ ਤਾਂ ਤੇਰੇ ਨਾਲ ਨਹੀਂ ਹਾਂ ਬਾਜਰਾ ਜਰੀ ਬੀਜੀ ਨਾ ਜਰੀ ਬੀਜੀ ਆ, ਮੈਨੂੰ ਪਤਾ ਕਿਹੜੇ ਟਾਈਮ ਬੀਜਿਆ ਪੱਤੇ ਲੈ ਕੇ ਲੰਘਿਆ ਨੇ ਯਾਰ ਕਦ ਪਤੰਦਰ ਨੇ ਉਹ ਕਹਿ ਪਤਾ ਕਿਆ ਕਰਿਆ, ਸਪਰੇਅ ਕਰਨ ਲੱਗਿਆ ਤਾਂ ਪਨੀਰੀ ਪਰ ਉਹ ਪਤੰਦਰ ਪੰਗੇ ਲਈ ਜਾਂਦਾ ਰੇਹ ਵਿੱਚ ਪਤਾ ਨੀ ਕਿਆ ਪਾਇਆ ਵਾ, ਮੈਂ ਤਾਂ ਕੁਦਰ ਡੀਜ਼ਲ ਹੋਰ ਕੁਛ ਮਾਰ ਲਿਆ ਵੀ ਇਹਨੇ ਪਨੀਰੀ ਮਾਰ ਦੇਣੀ ਪਹਿਲਾਂ ਉਹ ਧੋਇਆ। ਹਾਂ ਤਾਂ ਠੀਕ ਹੈ, ਨਾਲਾ ਦੀ ਗਾਠੀ ਬੰਨ ਕੇ ਪਾਈ ਜਾਂਦੀ ਹੈ ਜਨਾਨੀ ਹਾਰ ਪਾ ਦਿੰਦੀ ਹੈ, ਨਾਲਾ ਪਾਉਣ ਵਾਲਾ ਕੰਮ ਆਉਣ ਵਾਲਾ। ਚਲੋ ਚਲੋ ਜੀ ਮੈਂ ਤਾਂ ਪਾਉਂਦਾ ਯਾਰ ਬੰਦ ਕਹਿੰਦੇ ਕਰ ਰਹੇ ਤੇਲ ਮੁੱਕ ਗਿਆ ਅੱਛਾ ਤਾਂ ਹੀ ਭਰ ਲਾ ਬੋਤਲ ਭਰ ਲਾ ਛੇਤੀ ਧੋ ਕੇ ਫੇਰ ਚੱਲ ਪਿਆ ਫੇਰ ਚੱਲ ਪਿਆ ਮਰ ਗਿਆ ਤਾਂ ਜਮਾ ਇੱਕ ਵਾਰ ਦਾ ਬੈਟਰੀ ਕੋਈ ਚੀਜ਼ ਛੱਡੂਗੇ ਵੀ ਲੋਕਾਂ ਦੇ ਪੁੱਛ ਲੈ ਜੇ ਸਬਜ਼ੀ ਲਗਾਈ ਹੋਈ ਨਾ ਬਾਹਰ ਉਸਮੇ ਡਾਲਣਾ ਹੈ ਚੱਕਣਾ ਫਿਰ ਉਹਦੇ ਰੁਕਦਾ ਨੀ ਅੰਦਰ ਤੇ ਪੈਂਦੇ ਨਾ ਚੱਲ ਰੇਟ
ਐ ਅੰਜਣ ਇਹ ਹੈ ਬਹੁਤ ਘੱਟ ਤੇਲ ਖਾਂਦੇ ਇਹਨੇ ਚਲੋ ਚਲੀਏ ਦੇਖੀਏ ਉਹਨੂੰ ਵੀ ਦੇਖਣਾ ਫਿਰ ਜਾ ਕੇ ਯਾਰ ਲੈ ਕੇ ਜਸਵੰਤ ਵੀਰ ਪਹੁੰਚ ਗਿਆ ਉੱਥੇ ਉਹ ਵੀ ਚਲੇ ਬਾਈ ਆਹੀ ਨੀ ਮੀਂਹ ਪੈਣ ਦਿੰਦੇ ਇੱਥੇ ਦਾ ਫਿਰ ਮੈਂ ਰਾਜੂ ਉਠਾ ਲਿਆ ਮੈਂ ਕਿਹਾ ਮੈਸਾਂ ਚਾਉਣੀ ਮੈਂ ਕਿਹਾ ਪਾਣੀ ਪੂਣੀ ਭਰ ਲਾ ਮੈਂ ਕਿਹਾ ਸਵਾ ਦਿੰਦਾ ਇੱਕ ਇੱਧਰ ਲੱਗ ਗਿਆ ਲਫਾਫਾ ਸਾਰਾ ਉਹ ਉੱਥੇ ਤੇ ਲੈ ਕੇ ਇੱਥੇ ਤੱਕ ਲਾਤੇ ਪਾਪਾ ਚਲੇ ਗਏ ਤੇ ਪਹਿਲੇ ਹੀ ਅਸੀਂ ਲਾਤੇ ਹੁਣ ਤਿੰਨ ਚਾਰ ਜਣਿਆਂ ਨੇ ਚਲੋ ਚੱਲਦੇ ਪੈਰ ਪੁਰ ਧੋ ਕੇ ਹੁਣ ਘਰ ਨੂੰ ਚਲੋ 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 ਚੱਲਦੇ ਆ ਜੀ ਫਿਰ ਹੁਣ ਘਰ ਨੂੰ ਲਓ ਜੀ ਬਾਈ ਹਨੇਰਾ ਹੋ ਚੱਲਿਆ ਅਤੇ ਇੱਧਰ ਆਇਆ ਤਾਂ ਖੂਹ ਵੱਲ ਗੇੜਾ ਮਾਰਨ ਅਤੇ ਇੱਥੇ ਤਾਂ ਮੋਟਰਾਂ ਬੰਦੇ ਸੀ ਅੱਜ ਸਾਰੀ ਦਿਹਾੜੀ ਪਰ ਲਾਈਟ ਨੇ ਬੜਾ ਤੰਗ ਕਰਿਆ ਬਾਈ ਇੱਧਰ ਵੀ ਉੱਧਰ ਵੀ ਉੱਥੇ ਵੀ 6 ਘੰਟੇ ਆਈ ਆ ਮੁੜ ਕੇ ਲਾਈਟ ਨਹੀਂ ਆਈ ਅਤੇ ਇੱਥੇ ਵੀ ਕੱਦੀ ਭੱਜ ਗਈ ਸੀ ਫਿਰ ਹੁਣ ਮੁੜਾ ਜਿਹਾ ਘੰਟਾ ਕੁ ਹੁਣ ਫਿਰ ਆਈ ਫਿਰ ਭੱਜ ਗਈ ਮਤਲਬ ਕਿ 6 ਘੰਟੇ ਲਾਈਟ ਚੱਲਦੇ ਵਿੱਚ ਨੂੰ ਕੱਟ ਲਾ ਲੈਂਦੇ ਹਾਂ ਜੇ ਲਗਾਤਾਰ ਵੀ 6 ਘੰਟੇ ਚੱਲ ਜਾਵੇ ਤਾਂ ਵੀ ਠੀਕ ਆ ਪਰ ਜਿਹੜਾ ਕੱਟ ਲਾ ਲੈਂਦਾ ਜਿੰਨੇ ਨੂੰ ਪਾਣੀ ਪੈਂਦਾ ਉਹਨੇ ਨੂੰ ਫਿਰ ਰੁਕ ਜਾਂਦਾ ਜਿੱਥੇ ਤੱਕ ਪਹੁੰਚਿਆ ਹੁੰਦਾ ਮੁੜ ਕੇ ਫਿਰ ਆਉਂਦੇ ਉੱਥੇ ਤੱਕ ਪਾਣੀ ਫਿਰ ਪਾਉਂਦਾ ਹੈ ਅਤੇ ਗੱਲ ਜੀ ਨਹੀਂ ਬਣਦੀ ਰੁਕਿਆ ਕਮਾਂ ਪਰ ਚਲੋ ਆਪਣੇ ਇਹ ਤਾਂ ਭਰੇ ਹੋਏ ਆ ਥੋੜ੍ਹਾ ਜਿਹਾ ਬੰਨ ਕਣੀ ਵਾਲੀ ਮੋਟਰ ਦਾ ਪਾਣੀ ਥੋੜ੍ਹਾ ਜਿਹਾ ਉੱਧਰ ਲੋੜ ਹੈ ਖੇਤਾਂ ਨੂੰ ਦੋ ਕੁ ਨੂੰ ਅਤੇ ਬਾਕੀ ਇਹਦਾ ਸਾਰਾ ਭਰਿਆ ਹੋਇਆ ਆਹ ਖੇਤਾਂ ਨੂੰ ਰਹਿ ਗਿਆ ਰੇਹ ਪਾਉਣ ਤੋਂ ਸੁਪਰ ਪਾ ਰਿਹਾ ਬਾਈ 1.5-1.5 ਥੈਲਾ ਕਿੱਲੇ ਦਾ ਅਤੇ ਅੱਧਾ ਯੂਰੀਏ ਦਾ ਮਿਲਾ ਕੇ ਜਦੋਂ ਹੁਣ ਜੜਦੀ ਫੜਦੀ ਦੇਖੋ ਖੜ੍ਹੇ ਹੋ ਗਏ ਧਾਨ ਇਹ ਅਤੇ ਬਾਕੀ ਜੇ ਹੁਣ ਆਹ ਖੇਤ ਰਹਿ ਗਏ 2.5 ਕਿੱਲੇ ਬਾਕੀ ਆਪਣੀ ਜਿਹੜੀ ਲੱਗ ਗਈ ਜਿੰਨੀ ਕੁ 12 ਕਿੱਲੇ ਲੱਗ ਗਏ ਆਪਣੇ ਅਤੇ ਉਨਾ ਕੁ ਵਿੱਚ ਰੇਹ ਪੈ ਚੱਲੇ ਸਮਝ ਲਓ ਅਤੇ ਹੋ ਕੇ ਵੀ ਹੁਣ 2.5-3 ਕਿੱਲੇ ਗਾਹਣ ਹੋਇਆ ਹੋਇਆ ਇੱਥੇ ਬਾਕੀ ਮੰਡ 'ਚ ਵੀ ਹੋ ਜਾਣਾ ਕੱਲ੍ਹ ਨੂੰ 3 ਕਿੱਲੇ ਦੇ ਗੇਟ 'ਚ ਅੱਜ ਫਿਰ ਲਾਈਟ ਨਾ ਆਨ ਕਰਕੇ ਫਿਰ ਰਹਿ ਗਏ ਨਹੀਂ ਜਨਰੇਟਰ ਤਾਂ ਹੀ ਦੇਖੀ ਜਿਹੜਾ ਤੁਹਾਨੂੰ ਦਿਖਾਇਆ ਇੱਧਰ ਓਵਰਫਲੋ ਕਰਨੇ ਤੇ ਪਰ ਉੱਧਰ ਹਾਲੇ ਚਰੀ ਬੀਜੀ ਦੀ ਕੱਲ੍ਹ ਉਹਦੇ 'ਚ ਵੱਟਾਂ ਵੁੱਟਾਂ ਪਾਈਆਂ ਇੱਕਣੀ ਨਹੀਂ ਰਾਜਾ ਹੋ ਗਿਆ ਅਤੇ ਬਈ ਅੱਧ ਕੁ ਤੱਕ ਪਹੁੰਚ ਗਏ ਕਿੰਨੀ ਕੁ ਲੱਗ ਗਈ ਜੀਰੀ ਮੰਨ ਲਓ ਵੀ ਆਪਣੀ 12 ਕਿੱਲੇ ਲੱਗ ਗਏ 12-13-10-12 ਹੋਰ ਰਹਿ ਗਏ ਬਾਕੀ 25-26 ਕਿੱਲੇ ਐਤਕੀ ਲੱਗਣੇ ਆ ਬੰਦੇ ਹੁਣ ਥੋੜ੍ਹੇ ਜਿਹਾ ਜਿਹੜੇ ਬੰਦੇ ਢਿੱਲੇ ਜਿਹੀਆਂ ਜਿਹੜੇ ਦੂਏ ਆ ਰਮੇਸ਼ ਨੇ ਫਿਰ ਉਹ ਇਕੱਠੀ ਉਹ 5 ਕਿੱਲੇ ਉੱਧਰ ਲਾਉਣੇ ਚਲ ਹੁਣ ਇਹ ਵੀ ਉਹਨੂੰ ਇਹ ਕਿਹਾ ਮੈਂ ਤੂੰ ਲਾ ਦੇ ਆ ਬੰਦੇ ਦਾ ਕੁਛ ਨਹੀਂ ਵਿੱਚ ਬਿਮਾਰ ਜੇ ਹੋ ਗਏ ਅਤੇ ਉਹ ਬਾਬਾ ਵੀ ਢਿੱਲਾ ਜਿਹਾ ਹੋਇਆ ਤਾਂ ਇਹਦੇ ਕਰਕੇ ਕੰਮ ਜ਼ਿਆਦਾ ਰੁਕਿਆ ਵਾ ਮੈਂ ਚਲ ਕੋਈ ਗੱਲ ਨਹੀਂ ਮੀਂਹ ਦੱਸਿਆ ਹੋਇਆ ਓਵਰਫਲੋ ਕਰਨਾ ਹੋਇਆ ਤਾਂ ਹੀ ਮੈਂ ਇਹਨਾਂ 'ਚ ਮੈਂ ਕਿਹਾ ਕੋਈ ਗੱਲ ਨਹੀਂ ਜੇ ਘੱਟਦਾ ਘੱਟ ਦੇਵੇ ਜੇ ਮੀਂਹ ਪੈ ਜਾਵੇ ਚੰਗੀ ਗੱਲ ਆ ਮੀਂਹ ਦਾ ਪਾਣੀ ਤਾਂ ਰੇਹ ਮੰਗ ਲੱਗਣਾ ਅਤੇ ਉਹ ਇਸ ਕਰਕੇ ਮੈਂ ਕਿਹਾ ਘੱਟਦਾ ਘੱਟ ਲੈਣ ਦਿਓ ਉੱਧਰ ਵੀ ਬੰਨ ਕਣੀ 1-2 ਚ ਬਿਲਕੁਲ ਘੱਟ ਪਾਣੀ ਆ ਜੇ ਮੀਂਹ ਪੈ ਜਾਵੇ ਮੈਂ ਕਿਹਾ ਉਹੀ ਖੜ ਦੇਵੇ ਪਾਣੀ ਚੰਗੀ ਗੱਲ ਹੈ ਮੀਂਹ ਪਏ ਤੋਂ ਬਾਅਦ ਜੀਰੀ ਨੇ ਅਸਲ 'ਚ
ਚਲੋ ਠੀਕ ਆ ਬਾਈ, ਵੀਡੀਓ ਛੋਟੀ ਬਣੀ ਅੱਜ, ਕੰਮ ਕਰਦੇ ਥੋੜ੍ਹੇ ਕਰਦੇ ਦੇ, ਅਤੇ ਮਿਲਦੇ ਹੁਣ ਕਿਸੇ ਅਗਲੇ ਵੀਡੀਓ 'ਚ। ਫੋਨ ਹੈ ਨਹੀਂ ਸੀਧਾ ਅਤੇ ਮੇਰੇ ਵਾਲੀ 'ਚ ਕੁਆਲਿਟੀ ਥੋੜ੍ਹੀ ਜਿਹੀ ਘੱਟ ਸੀ ਫੋਨ 'ਤੇ, ਅਤੇ ਹੁਣ ਫੋਨ ਆ ਗਿਆ, ਹੁਣ ਆਪਾਂ ਰੋਜ਼ ਬਣਾਵਾਂਗੇ ਵੀਡੀਓ। ਚਲੋ ਜੀ, ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ 'ਚ।